ਕਰਨੈਲ ਸਿੰਘ ਇਸਰੋ ਦੀ ਯਾਦ ਵਿੱਚ ਹੋ ਰਹੀ ਸ਼ਹੀਦੀ ਕਾਨਫਰੰਸ ਵਿੱਚ ਕੈਪਟਨ ਅਮਰਿੰਦਰ ਸਿੰਘ ਖੰਨਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕਰਨਗੇ। ਪਰ ਇਸ ਵਾਰ ਵੀ ਲੋਕਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ। ਭਾਵੇਂ ਕਿ ਮੁੱਖ ਮੰਤਰੀ ਕੈਪਟਨ ਵੱਲੋਂ ਆਪਣੀ ਜਗ੍ਹਾ ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਡਿਊਟੀ ਲਗਾਈ ਗਈ ਸੀ ਤੇ ਉਹ ਸ਼ਰਧਾ ਦੇ ਫੁੱਲ ਪੇਂਟ ਕਰਨ ਪਹੁੰਚੇ। ਪਹਿਲੀ ਵਾਰ ਇਹ ਹੋਇਆ ਕਿ ਸਰਕਾਰ ਵੱਲੋਂ ਇਸਰੋ ਪਿੰਡ ਦੇ ਵਿਕਾਸ ਲਈ ਕੋਈ ਵੀ ਨਵਾਂ ਐਲਾਨ ਨਹੀਂ ਕੀਤਾ ਗਿਆ। ਪੰਚਾਇਤ ਮੰਤਰੀ ਸਰਦਾਰ ਬਾਜਵਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਸਮੇਂ ਤੇ ਹੀ ਹੋਣਗੀਆਂ, ਸਰਪੰਚ ਦੀ ਚੋਣ ਲੜਨ ਲਈ ਡੋਪ ਟੈਸਟ ਜ਼ਰੂਰੀ ਨਹੀਂ ਹੈ। ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬਰਗਾੜੀ ਕਾਂਡ ਵਿੱਚ ਸ਼ਾਮਿਲ ਕਿਸੇ ਵੀ ਅਕਾਲੀ ਨੇਤਾ ਨੂੰ ਬਖਸ਼ਿਆ ਨਹੀਂ ਜਾਏਗਾ। ਇਸ ਮੌਕੇ ਸਾਰੇ ਦੇਸ਼ ਵਾਸੀਆਂ ਨੂੰ ਖਾਸ ਤੌਰ ਤੇ ਵਧਾਈ ਦਿੰਦੇ ਹਾਂ। ਕੋਈ ਦੋਸ਼ਾਂ ਨੂੰ ਬਚਾਇਆ ਜਾ ਰਿਹਾ, ਪਰਚਾ ਦਰਜ ਹੋ ਗਿਆ, ਪਤਾ ਨਹੀਂ ਕੌਣ ਬਚਾ ਰਿਹਾ, ਐਵੇਂ ਗਲਤ ਗੱਲਾਂ ਨੇ। ਕੈਪਟਨ ਸਾਹਿਬ ਨੇ ਐਫ ਆਈ ਆਰ ਦਿੱਤੀ ਹੈ। ਸੱਚ ਨਹੀਂ ਹੁੰਦਾ।